जो बोलता है खुद केश कतल किया खुद का दस्तार नहीं जो बंदा मेरे को रोकता है मांस मच्छी खाने से उसे खुद ने अमृत नहीं छका शर्म कर लो यार तुम लोग मेरे को बोल रहे हो यार औलाद ਕਿਦਰ ਲਿਖਿਆ ਕੈਸ਼ ਕਤਲ ਕਰਨੇ ਦਾ ਹਾਂਜੀ ਇੱਕ ਹੁੰਦਾ ਸੀ ਅਜੀਤ ਸਿੰਘ ਪੂਲਾ ਨਿਹੰਗ ਬਟਾਲੇ ਤੋਂ ਤੇ ਉਹਦੀ ਮੌਤ ਕਿੱਦਾਂ ਹੋਈ ਇਹ ਵੀ ਸਭ ਨੂੰ ਪਤਾ ਕਿ ਜੇਲ੍ਹ ਦੇ ਵਿੱਚ ਹਰਚੰਦ ਸਿੰਘ ਨੇ ਉਹਨੂੰ ਸਾੜੇ ਅਸੀ ਤੇਲ ਪਾ ਕੇ ਤੇ ਨਾਲ ਦੇ ਕੁਝ ਸਾਥੀ ਇੱਕ ਪੂਲਾ ਮਰਿਆ ਤੇ ਦੂਜਾ ਪੂਲਾ ਆ ਗਿਆ ਆ ਵੀ ਕੀ ਥੋਮਸ ਹੋਰ ਸਿਕਾਓ ਹੋਰ ਸਿਕਾਓ ਲੋਕਾਂ ਨੂੰ ਅਮਰਤ ਸੋ ਹਾਂਜੀ ਅੱਜ ਦਾ ਮੇਰਾ ਟੌਪਿਕ ਹੈ ਅਮਰ ਸ਼ਕਨਾ ਚਿਦਾ ਅਮਰਿਤਪਾਲ ਨੇ ਕੀ ਕੀਤਾ ਤੜਾ ਤੜਾ ਮਰਸ਼ਕਾ ਰਿਆ ਤੜਾ ਤੜਾ ਮਰਸ਼ਕਾ ਰਿਆ ਚਲੋ ਲੋਕੀ ਖੁਸ਼ ਹੋ ਗਏ ਵੀ ਅੱਛਾ ਕੰਮ ਕਰ ਰਿਆ ਰੱਬ ਦੇ ਲੜ ਲਾ ਰਿਆ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅੱਜ ਕਿ ਅਮਰਿਤ ਸ਼ਕਨਾ ਰੱਬ ਦੇ ਲੜ ਲੱਗਣਾ ਲੋਕ ਤਾਂ ਅਮਰ ਸ਼ੱਕੇ ਵੀ ਝੂਠ ਬੋਲਦੇ ਆ ਸ਼ਰਾਬਾਂ ਪੀਂਦੇ ਆ ਆ ਮਾਸ ਮੱਛੀ ਦਾ ਸੇਵਨ ਕਰਦੇ ਆ ਬਾਹਰ ਔਰਤਾਂ 'ਚ ਮੂੰਹ ਮਾਰਦੇ ਆ ਗੁਲਕਾਂ 'ਚੋਂ ਗੁਰਦੁਆਰਿਆਂ 'ਚੋਂ ਪੈਸੇ ਚੋਰੀ ਕਰਦੇ ਆ ਇਹ ਕਿੱਥੇ ਲਿਖਿਆ ਕਿ ਅਮਰ ਸ਼ਕਲ ਨਾਲ ਪ੍ਰਮਾਤਮਾ ਮਿਲਦਾ ਜਾਂ ਤੁਸੀਂ ਸਹੀ ਮਾਰਗ ਤੇ ਚੱਲਦੇ ਕਿ ਬਿਨਾ ਅਮਰ ਸ਼ਕੇ ਤੁਸੀਂ ਸਹੀ ਮਾਰਗ ਤੇ ਨਹੀਂ ਚੱਲ ਸਕਦੇ ਕਿ ਬਿਨਾ ਅਮਰ ਸ਼ਕੇ ਤੁਸੀਂ ਚੋਰੀ ਝੂਠ ਨਿੰਦਾ ਚੁਗਲੀ ਬੁਰਾਈ ਠੱਗੀ ਪਾਪ ਪ੍ਰਾਇਸ ਤੇ ਤਿਆਗ ਰੱਖਣਾ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਆਪਣੇ ਇਹਨੂੰ ਦਿਮਾਗ ਚੋਂ ਗੰਦਗੀ ਨੂੰ ਨਹੀਂ ਨਾ ਕੱਢੋਗੇ ਆਪਣੀ ਸੋਲ ਨੂੰ ਆਪਣੀ ਰੂਹ ਨੂੰ ਪਵਿੱਤਰ ਨਹੀਂ ਕਰੋਗੇ ਤੁਸੀਂ ਅਮਰ ਸ਼ਕ ਲੋ ਜਨਾਈਉ ਪਾਲੋ ਭਗਵਤ ਚੋਲਾ ਪਾਲੋ ਬਾਬਾ ਰੀਮਾਰਗੂ ਬਾਬਾ ਰਾਮ ਰੀਮਰਗੂ ਡਰਾਮੇ ਕਰ ਲੋ ਔਰ ਰਾਧੇ ਮਾ ਵਰਗੂ ਡਰਾਮੇ ਕਰ ਲੋ ਕੋਈ ਫਾਇਦਾ ਨਹੀਂ ਤੁਸੀਂ ਜਿਆਦਾ ਪਾਪਾਂ ਦੇ ਭਾਗੀਦਾਰ ਬਣਨੇ ਹੋ ਹੁਣ ਗੱਲ ਆndi ਵੀਕੀ ਥੋਮਸ ਦੇ ਕਹਿੰਦੇ ਨੇ ਕਾਫੀ ਹੋਰ ਵੀ ਧਰਮ ਧਰਮ ਬਦਲੇ ਹੁਣ ਇਹ ਮੱਛੀ ਖਾਂਦਾ ਰੇੜੀ ਤੇ ਫੜਿਆ ਗਿਆ ਇਹ ਨਿਯੰਗ ਬਣਿਆ ਆਪਣੇ ਨੂੰ ਨਿਯੰਗ ਕਹਿੰਦਾ ਵੀ ਮੈਂ ਗੁਰਸੇਖਾ ਅਮਰ ਸ਼ਕਿਆ ਔਰ ਸਾਰੇ ਆਮ ਚੈਲੰਜ ਕਰ ਰਹਾ ਕਿ ਪੰਜਾਬ 'ਚ ਮੇ ਸਾਰੇ ਛੱਕੇ ਰਹਤੇ ਹੈ ਕਹਿੰਦਾ ਕਰ ਲੋ ਜੋ ਕਹਿੰਦਾ ਮੇਰਾ ਕਰਨਾ ਹੈ ਮੈਂ ਤਾਂ ਐਸੀ ਮੱਛੀ ਖਾਊਗਾ ਰੇੜੀ 'ਤੇ ਖੜਾ ਹੋ ਕੇ ਖਾਊਗਾ ਮੈਂ ਤਾਂ ਸੂਰ ਦਾ ਮਾਸ ਵੀ ਖਾਊਗਾ ਦੇਖੋ ਜਿਸ ਬੰਦੇ ਨੇ ਇਹਨੂੰ ਅੰਮ੍ਰਿਤ ਛਕਾਇਆ ਹੋਣਾ ਸਭ ਤੋਂ ਵੱਡਾ ਪਾਪੀ ਉਹ ਬੰਦਾ ਹੋਏਗਾ ਤੁਸੀਂ ਇਦਾਂ ਅੰਮ੍ਰਿਤ ਛਕਾਣਾ ਜਿਵੇਂ ਆਪਾਂ ਕਿਤੇ ਸ਼ੋਰੂਮ 'ਚ ਭੱਜਦੇ ਆ ਨਾ ਆਜੋ ਆਜੋ ਸੇਲ ਲੱਗੀ ਹੈ ਬਾਇ 1 ਗੈਟ 1 ਫ੍ਰੀ ਆਪਾਂ ਕਿਦਾਂ ਸਭ ਤੋਂ ਪਹਿਲੇ ਬੁੜੀਆਂ ਲਾਈਨ 'ਚ ਭੱਜਦੇ ਆ ਕਿ ਫਲਾਣੇ ਮਹਿੰਗੇ ਐਮਕੇ ਦੇ ਮਾਈਕਲ ਕੋਰਸ ਤੇ ਉੱਥੇ ਸੇਲ ਲੱਗੀ ਆ ਆ ਪੰਨੇਰ ਕੋ پاس ਦੇਰ ਸੋ ਇਦਾਂ ਤੁਸੀਂ ਜਿਹੜਾ ਸ਼੍ਰੀ ਸਾਹਿਬ ਹੈ ਅਮਰ ਸਿਕਾਉਣਾ ਤੁਸੀਂ ਉਹਦੀ ਸੇਲ ਲਾ ਕੇ ਰੱਖਤੀ ਹੈ ਇਦਾਂ ਥੋੜਾ ਹੁੰਦਾ ਪਹਿਲੇ ਬੰਦੇ ਦੀ ਪ੍ਰੋਪਰਲੀ ਜਾਂਚ ਕਰ ਕਰੋ ਕਿ ਇਹ ਬੰਦਾ ਇਸ ਚੀਜ਼ ਨੂੰ ਨੁਭਾ ਸਕਦਾ ਹੈ ਇਹ ਬੰਦੇ ਦੀ ਫੈਮਲੀ ਬੈਕਗਰਾਉਂਡ ਕੀ ਇਹ ਬੰਦੇ ਨੇ ਕਿੰਨੇ ਹੋਰ ਧਰਮ ਬਦਲੇ ਆ ਇੱਕ ਇਹ ਬੰਦਾ 6-6 ਮਹੀਨੇ ਬਾਅਦ ਕਿੰਨੇ ਧਰਮ ਬਦਲ ਲੈਂਦਾ ਜਾਂਚ ਪੜਤਾਲ ਕਰੋ ਕਿਉਂਕਿ ਸ਼੍ਰੀ ਸਾਹਿਬ ਤਾਂ ਇੰਨੀ ਪਵਿੱਤਰ ਚੀਜ਼ ਆ ਇਹਨੀ ਪਵਿੱਤਰ ਤੁਸਤਾਂ ਨੂੰ ਹੌਲ ਸੇਲ ਦੇ ਅੱਗੇ ਵੇਚਣਾ ਸ਼ੁਰੂ ਕਰਤਾ ਹੈ ਕਿਹੜਾ ਬੰਦਾ ਕਹਿੰਦੇ ਜੇ ਮੈਨੂੰ ਬਾਬਾ ਜੀ ਅਮਰ ਸ਼ਕਣਾ ਹਾਂ ਜੀ ਵੀ ਆਜੋ ਬਿਠਾਣੇ ਪੰਜ ਪਿਆਰੇ ਆਜੋ ਜਮਰ ਸ਼ ਯਾਰ ਇਹ ਕੋਈ ਗੱਲ ਆ ਕੋਈ ਬੰਦੇ ਦੀ ਕੁਆਲਿਟੀ ਤਾਂ ਦੇਖ ਲਓ ਤੁਸੀਂ ਕਿਉਂਕਿ ਅੱਜ ਕੱਲ ਉਹ ਜ਼ਮਾਨਾ ਨਹੀਂ ਰਹਿ ਗਿਆ ਸੱਚ ਚੋ ਗਾਲਾ ਨਹੀਂ ਰਹਿ ਗਿਆ ਟਾਈਮ ਕਿ ਬੰਦਾ ਕੋਗਾ ਹਾਂਜੀ ਮੈਂ ਅਮਰਤ ਸ਼ੱਕਣਾ ਆਪਾਂ ਯਕੀਨ ਕਰ ਲੈਨੇ ਵੀ ਬੰਦਾ ਅਮਰਤ ਸ਼ੱਕਣਾ ਬਹੁਤ ਰੱਬ ਦਾ ਨੇਕ ਬੰਦਾ ਸੋ ਅਮਰਤ ਸ਼ੱਕੇ ਤਾਂ ਮੈਂ ਕਹਨੀ ਆ ਲੋਕਾਂ ਨੇ ਨਾ ਗੰਦ ਪਾਇਆ ਲੋਕ ਇਨਾ ਝੂਠ ਪ੍ਰਧ ਚੁਗਲੀ ਨਿੰਦਾ ਬੁੜੀਆਂ ਬੀਬੀਆਂ ਬੀਬੀਆਂ ਅਮਰਤ ਸ਼ੱਕੇ ਲੱਤਾਂ ਤੇ ਵੈਕਸਿੰਗ ਕਰ ਰਹੀਆਂ ਆਪਣੇ ਕੱਛਾਂ ਚ ਵਾਲ ਮੁੰਦੀਆਂ ਮੂੰਹ ਤੇ ਫੁੱਲ ਮੇਕਅਪ ਕਰਦੀਆਂ ਚਿੱਟੇ ਵਾਲ ਆਗੇ ਤਾਂ ਨਾਲ ਦੇ ਨਾਲ ਕਾਲੇ ਕਰਨੇ ਆ ਸੋਹਣਿਆਂ ਦੇ ਗਹਿਣੇ ਵੀ ਪਾਣੇ ਆ ਸੁਰਖੀਆਂ ਵੀ ਲਾਉਣੀਆਂ ਤੇ ਪਲੱਸ ਕਚਹਿਰਾ ਨਹੀਂ ਕਦੀ ਥੱਲੇ ਪਾਇਆ ਉਹਨਾਂ ਅੰਡਰਵੀਅਰ ਹੋਣੀਆਂ ਕਿਉਂਕਿ ਮੈਂ ਆਪਣੇ ਅੱਖੀ ਦੇਖੇ ਗੱਲਾਂ ਦੱਸ ਰਹੀ ਹਾਂ ਕੁਝ ਬੀਬੀਆਂ ਹੈ ਜਿਨ੍ਹਾਂ ਨੇ ਪਰਸਨਲ ਮੈਨੂੰ ਸ਼ੇਅਰ ਕੀਤੀਆਂ ਗੱਲਾਂ ਉਹ ਵਿਚਾਰੀਆਂ ਨੂੰ ਪਤਾ ਨਹੀਂ ਸੀ ਨਾ ਕਿ ਅਸੀਂ ਕਿਹਦੇ ਕੋਲ ਗੱਲ ਸ਼ੇਅਰ ਕਰ ਰਹੇ ਹਾਂ ਤਾਂ ਮੇਰੇ ਕੋਲ ਗੱਲਾਂ ਸ਼ੇਅਰ ਕਰਤੀਆਂ ਮੈਂ ਤਾਂ ਸੁਣ ਕੇ ਹੱਕੀ ਬੱਕੀ ਰਹਿ ਗਈ ਸੋ ਬੜੀ ਸ਼ਰਮ ਮਹਿਸੂਸ ਹੋ ਰਹੀ ਹੈ ਅੱਜ ਬਹੁਤ ਜ਼ਿਆਦਾ ਕਿ ਵਿਕੀ ਥੋਮਸ ਵਰਗੇ ਲੋਕਾਂ ਨੂੰ ਤੁਸੀਂ ਅਮਰ ਸ਼ਿਕਾਇਤ ਫਿਰ ਕਹਿੰਦੇ ਹੋ ਜੀ ਨੱਥ ਪਾ ਲੋ ਇਹਨੂੰ ਨੱਥ ਪਾ ਲੋ ਤੁਸੀਂ ਗਲਤ ਬੰਦੇ ਚੂਜ਼ ਕਰ ਰਹੇ ਹੋ ਗਲਤ ਬੰਦੇ ਨੂੰ ਸ੍ਰੀ ਸਾਪ ਪੋਾਰੇ ਹੋ ਸ਼੍ਰੀ ਸਾਪ ਦੀ ਬੇਅਦਬੀ ਕਰ ਰਹੇ ਹੋ ਗੁਰੂ ਮਹਾਰਾਜ ਦੀ ਬੇਅਦਬੀ ਕਰ ਰਹੇ ਹੋ ਸੋ ਦੈਟਸ ਵੈਰੀ ਬੈਡ ਅਗਲਾ ਖੁੱਲਾ ਚੈਲੰਜ ਕਰ ਰਿਹਾ ਤੁਹਾਨੂੰ ਸਿੱਖਾਂ ਨੂੰ ਖੁੱਲਾ ਨਚੋੜ ਰਿਹਾ ਔਰ ਥੋੜੀ ਚਿਰ ਬਾਅਦ ਦੇਖਿਓ ਇਹ ਜਿਆ ਬੰਦਾ ਖਾਲਸਾ ਨਾਲ ਵੀ ਖੜਾ ਹੋਣਾ ਨਾ ਖਾਲਸਾ ਨਾਜ ਬਣਿਆ ਨਾ ਕੱਲ ਬਣਿਆ ਨਾ ਕਦੀ ਬਣੂਗਾ ਹਿੰਦੁਸਤਾਨ ਕੱਲ ਵੀ ਜਿੰਦਾਬਾਦ ਸੀ ਅੱਜ ਵੀ ਜਿੰਦਾਬਾਦ ਆਲਵੇਸ ਜਿੰਦਾਬਾਦ ਰਹੇਗਾ ਕਿਉਂਕਿ ਇਹ ਲੋਕ ਰੋਂਗ ਡਾਇਰੈਕਸ਼ਨ ਤੇ ਚੱਲ ਪਏ ਇਹ ਬੰਦੀ ਸਿੰਘਾਂ ਨੂੰ ਛੁੜਾਣ ਗਏ ਸੀ ਬੰਦੀ ਸਿੰਘਾਂ ਨੂੰ ਛੁੜਾਉਂਦੇ ਛੁੜਾਉਂਦੇ ਇਹਨਾਂ ਨੇ ਡਾਇਰੈਕਸ਼ਨ ਗਲਤ ਕਰ ਦਿੱਤੀ ਉਹ ਸਿੰਘ ਤੱਜ ਵੀ ਅੰਦਰ ਹੀ ਬੈਠੇ ਆ ਸ਼ਰਮ ਕਰ ਲੋ ਮਾੜੀ ਮੋਟੀ ਸ਼ਰਮਾ ਜਰੂਰ ਕਰਿਓ